ਦੇਸ਼ ਭਰ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਅਤੇ ਜੇਕਰ ਗੱਲ ਕਰੀਏ ਪੰਜਾਬ ਵਿੱਚ ਬੇਸ਼ੱਕ ਚੋਣਾਂ ਦਾ ਮੌਸਮ ਹੈ, ਇੱਕ ਪਾਸੇ ਜਿਹੜੀ ਹੈ ਚੋਣ ਅਖਾੜਾ ਪਖਿਆ ਹੈ ਅਤੇ ਦੂਜੇ ਪਾਸੇ ਵੱਧਦੀ ਹੋਈ ਗਰਮੀ ਕਿਤੇ ਨਾ ਕਿਤੇ ਵੱਡਾ ਅਸਰ ਪਾ ਰਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ, 1 ਜੂਨ ਤੋਂ 30 ਜੂਨ ਤੱਕ ਜਿਹੜੀਆਂ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ। ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ, ਕੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਜਾਂ ਲੋਕਾਂ ਨੂੰ ਜਿਹੜਾ ਗਰਮੀ ਦਾ ਪ੍ਰਕੋਪ ਝੱਲਣਾ ਪਵੇਗਾ, ਸਾਡੇ ਨਾਲ ਮੌਸਮ ਵਿਗਿਆਨੀ ਨੇ ਪਵਨੀਤ ਕੌਰ ਕਿੰਗਰਾ ਜੀ ਗੱਲਬਾਤ ਕਰ ਲੈਂਦੇ ਹਾਂ। ਮੈਮ, ਕਿਸ ਤਰ੍ਹਾਂ ਦਾ ਮੌਸਮ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਰਹਿਣ ਵਾਲਾ, ਕਿਉਂਕਿ ਲਗਾਤਾਰ ਲੱਗਦਾ ਕਿ ਗਰਮੀ ਜਿਹੜੀ ਸਤਾ ਰਹੀ ਹੈ ਜੀ? ਜੇ ਅਸੀਂ ਜਿਹੜੀਆਂ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਹੀਟ ਵੇਵ ਕੰਡੀਸ਼ਨਸ ਜਿਹੜੀਆਂ ਸਾਰੇ ਸਟੇਟ ਦੇ ਵਿੱਚ ਹੀ ਆਲਮੋਸਟ ਬਣੀਆਂ ਹੋਈਆਂ ਨੇ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਵੈਦਰ ਕੰਡੀਸ਼ਨਸ ਬਿਲਕੁਲ ਕਲੀਅਰ ਰਹੀਆਂ ਨੇ, ਸੋ ਉਹਦੇ ਕਰਕੇ ਇੰਟੈਂਸ ਹੀਟ ਅਸੀਂ ਅੱਜ ਕੱਲ੍ਹ ਓਬਜ਼ਰਵ ਕਰ ਰਹੇ ਹਾਂ। ਔਰ ਜੇ ਅਸੀਂ ਪ੍ਰੀਵੇਲਿੰਗ ਟੈਂਪਰੇਚਰ ਵੀ ਦੇਖੀਏ, ਕੱਲ੍ਹ ਦਾ ਜਿਹੜਾ ਲੁਧਿਆਣੇ ਦਾ ਮੈਕਸੀਮਮ ਟੈਂਪਰੇਚਰ 42.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਸੀ, ਸੋ ਲਗਭਗ 4 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਕੱਲ੍ਹ ਬਠਿੰਡਾ ਵਿੱਚ 44 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ, ਸੋ ਲਗਭਗ ਸਾਰੇ ਸਟੇਟ ਦੇ ਵਿੱਚ ਹੀ ਜਿਹੜੀਆਂ ਇੰਟੈਂਸ ਹੀਟ ਵੇਵ ਕੰਡੀਸ਼ਨ ਚੱਲ ਰਹੀਆਂ ਨੇ। ਇਸੇ ਤਰ੍ਹਾਂ ਜੇ ਅਸੀਂ ਰਾਤ ਦਾ ਟੈਂਪਰੇਚਰ ਦੇਖੀਏ ਤਾਂ ਅੱਜ ਦਾ ਮਿਨੀਮਮ ਟੈਂਪਰੇਚਰ 26.8 ਡਿਗਰੀ ਸੈਂਟੀਗ੍ਰੇਡ ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਜਿਹੜਾ ਮਿਨੀਮਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਹੈ, ਸੋ ਇਹ ਵੀ ਲਗਭਗ 3.8 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਦੋਨੋਂ ਹੀ ਦਿਨ ਔਰ ਰਾਤ ਦਾ ਜਿਹੜਾ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਹੈਗੇ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਕਿਉਂਕਿ ਸਿਸਟਮ ਦੀ ਕੋਈ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਦੇਖ ਰਹੇ, ਸੋ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਵੈਦਰ ਗਰਮ ਔਰ ਖੁਸ਼ਕ ਰਹਿਣ ਦਾ ਹੀ ਅਨੁਮਾਨ ਹੈ, ਔਰ ਜਿਹੜੀ ਹੀਟ ਵੇਵ ਕੰਡੀਸ਼ਨਸ ਹੋਰ ਵੀ ਥੋੜ੍ਹੀਆਂ ਸਵੀਅਰ ਹੋ ਸਕਦੀਆਂ ਨੇ, ਲਗਭਗ 2 ਡਿਗਰੀ ਤੱਕ ਜਿਹੜਾ ਟੈਂਪਰੇਚਰ ਆਉਣ ਵਾਲੇ 1-2 ਦਿਨਾਂ ਵਿੱਚ ਹੋਰ ਵੀ ਰਾਈਜ਼ ਕਰ ਸਕਦਾ, ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਹਲੇ ਬਣੇ ਰਹਿਣ ਦੀ ਪ੍ਰੇਡਿਕਸ਼ਨ ਹੈ। ਮੈਮ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 3 ਤੋਂ 4 ਡਿਗਰੀ ਜਿਹੜੀ ਹੈ ਨਾ ਸਮਾਨਯ ਤੋਂ ਜਿਹੜਾ ਤਾਪਮਾਨ ਜ਼ਿਆਦਾ ਚੱਲ ਰਿਹਾ ਨੋਰਮਲ ਨਾਲੋਂ, ਲੱਗਦਾ ਕਿ ਕੋਈ ਰਿਕਾਰਡ ਵਗੈਰਾ ਟੁੱਟੇ ਨੇ ਪਿਛਲੇ ਸਾਲਾਂ ਨਾਲੋਂ ਤਾਪਮਾਨ ਜਿਹੜਾ ਵਧਿਆ, ਕਿਉਂਕਿ 42.4 ਡਿਗਰੀ ਜਾਂ ਫਿਰ 44 ਡਿਗਰੀ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਜੀ? ਜਿਵੇਂ ਅਸੀਂ ਲੁਧਿਆਣੇ ਦਾ ਜਿਹੜਾ ਕੱਲ੍ਹ ਡੇ ਟਾਈਮ ਟੈਂਪਰੇਚਰ 42.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਪਿਛਲੇ 10 ਸਾਲਾਂ ਦੇ ਵਿੱਚ, ਇਹ ਕੱਲ੍ਹ ਦਾ 16 ਮਈ ਦਾ ਜਿਹੜਾ ਹਾਈਐਸਟ ਡੇ ਟਾਈਮ ਟੈਂਪਰੇਚਰ ਸੀਗਾ, ਇਹਦੇ ਤੋਂ ਪਹਿਲਾਂ 2022 ਦੇ ਵਿੱਚ 42.2 ਡਿਗਰੀ ਸੈਂਟੀਗ੍ਰੇਡ ਜਿਹੜਾ ਹਾਈਐਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ, ਬਟ ਕੱਲ੍ਹ ਅਸੀਂ 42.4 ਡਿਗਰੀ ਸੈਂਟੀਗ੍ਰੇਡ ਜਿਹੜਾ ਇੱਕ ਡੇਕੇਡ ਦਾ ਹਾਈਐਸਟ ਟੈਂਪਰੇਚਰ 16 ਮਈ ਦਾ ਲੁਧਿਆਣਾ ਵਿੱਚ ਰਿਕਾਰਡ ਕੀਤਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 10 ਸਾਲਾਂ ਦੇ ਤਕਰੀਬਨ ਰਿਕਾਰਡ ਟੁੱਟੇ ਨੇ, ਤਾਪਮਾਨ ਜਿਹੜੇ ਲਗਾਤਾਰ ਵਧੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਆ ਲੋਕਾਂ ਨੂੰ ਕੀ ਸਲਾਹ ਦਿਓਗੇ, ਕਿਉਂਕਿ ਜਿਸ ਤਰ੍ਹਾਂ ਲਗਾਤਾਰ ਤਾਪਮਾਨ ਵੱਧ ਰਹੇ ਨੇ, ਕਿਸ ਤਰ੍ਹਾਂ ਲੋਕ ਜਿਹੜਾ ਬਚਾਅ ਕਰਨ ਕੀ ਜਿਹੜੀਆਂ ਨੇ ਜਿੱਦਾਂ ਲੂੰਬ ਵਗੈਰਾ ਦੇ ਅਸਾਰ ਜੀ? ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਅਸੀਂ ਕੋਈ WD ਸਿਸਟਮ ਦੀ ਹਲੇ ਡਿਵੈਲਪਮੈਂਟ ਨਹੀਂ ਦੇਖ ਰਹੇ, ਕਿਉਂਕਿ ਜਦੋਂ WD ਸਿਸਟਮ ਡਿਵੈਲਪ ਹੁੰਦਾ ਤਾਂ ਥੋੜ੍ਹੀਆਂ ਵੈਦਰ ਕੰਡੀਸ਼ਨਸ ਮੋਡਰੇਟ ਹੋ ਜਾਂਦੀਆਂ ਨੇ, ਬਟ ਹਲੇ ਕੋਈ ਡਿਵੈਲਪਮੈਂਟ ਨਹੀਂ ਹੈ, ਔਰ ਟੈਂਪਰੇਚਰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਲਗਭਗ 2 ਡਿਗਰੀ ਸੈਂਟੀਗ੍ਰੇਡ ਤੱਕ ਹੋਰ ਵੀ ਜਿਹੜਾ ਰਾਈਜ਼ ਕਰ ਸਕਦਾ, ਕਿਉਂਕਿ ਆਲਰੇਡੀ 42 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਚੁੱਕਿਆ ਹੈ, ਸੋ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ ਹਲੇ ਜਿਹੜੇ 4-5 ਦਿਨ ਨੇ ਉਹਨਾਂ ਵਿੱਚ ਇਸੇ ਤਰ੍ਹਾਂ ਬਣੇ ਰਹਿਣ ਦੀ ਪ੍ਰੇਡਿਕਸ਼ਨ ਹੈ, ਔਰ ਇਹਦੇ ਵਾਸਤੇ IMD ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ, ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ, ਸਾਰਿਆਂ ਨੂੰ ਜਿਹੜਾ ਡਾਇਰੈਕਟ ਐਕਸਪੋਜਰ ਆ ਧੁੱਪ ਤੋਂ ਅਵੋਇਡ ਕਰਨਾ ਚਾਹੀਦਾ ਜਿੰਨਾ ਪੋਸੀਬਲ ਹੋ ਸਕੇ, ਜਿਹੜੇ ਸਪੈਸ਼ਲੀ ਜਿਹੜੇ ਇੰਟੈਂਸ ਹੀਟ ਆਰਸ ਨੇ ਜਿਵੇਂ 11 ਤੋਂ 4 ਵਜੇ ਤੱਕ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਪੋਸੀਬਲ ਹੈ ਤਾਂ ਧੁੱਪ ਵਿੱਚ ਨਾ ਨਿਕਲਿਆ ਜਾਵੇ, ਇਹਦੇ ਤੋਂ ਬਿਨਾਂ ਸਾਰਿਆਂ ਨੂੰ ਹੈਲਦੀ ਡਾਇਟ ਲੈਣੀ ਚਾਹੀਦੀ ਆ, ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਲਿਕੁਇਡਸ ਵੱਧ ਤੋਂ ਵੱਧ ਲੈਣੇ ਚਾਹੀਦੇ ਨੇ, ਆਪਣੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਤਾਂ ਕਿ ਜਿਹੜੀਆਂ ਇਹ ਇੰਟੈਂਸ ਹੀਟ ਕੰਡੀਸ਼ਨਸ ਨੇ ਇਹ ਸਿਹਤ ਨੂੰ ਕੋਈ ਨੁਕਸਾਨ ਨਾ ਕਰ ਸਕਣ। ਜਿਸ ਤਰ੍ਹਾਂ ਛੋਟੇ ਬੱਚੇ ਹੁਣ ਸਕੂਲ 'ਚ ਜਾਂਦੇ ਨੇ, ਅਕਸਰ ਅਸੀਂ ਦੇਖਦੇ ਹਾਂ ਦੁਪਹਿਰ ਦੇ ਸਮੇਂ ਤਕਰੀਬਨ 1:30 ਤੋਂ 2 ਵਜੇ ਉਹਨਾਂ ਨੂੰ ਛੁੱਟੀ ਹੁੰਦੀ ਹੈ, ਲੱਗਦਾ ਕਿ ਬੱਚਿਆਂ ਨੂੰ ਜਿਹੜਾ ਸਿਰ ਢੱਕਣਾ ਚਾਹੀਦਾ ਜਾਂ ਫਿਰ ਹੋਰ ਕੋਈ ਪ੍ਰਕੋਸ਼ਨ ਜਿਹੜੇ ਬੱਚੇ ਲੈ?
ਬਿਲਕੁਲ ਜੀ, ਮੈਨੂੰ ਤਾਂ ਲੱਗਦਾ ਸਿਰਫ ਬੱਚਿਆਂ ਨੂੰ ਨਹੀਂ, ਸਾਰਿਆਂ ਨੂੰ ਹੀ ਜਦੋਂ ਅਸੀਂ ਇੰਨੀ ਇੰਟੈਂਸ ਹੀਟ ਦੇ ਵਿੱਚ ਜਾਂਦੇ ਹਾਂ, ਸਿਰ ਜ਼ਰੂਰ ਢੱਕਣਾ ਚਾਹੀਦਾ ਤਾਂ ਕਿ ਜਿਹੜੀ ਡਾਇਰੈਕਟ ਹੀਟ ਸਿਰ 'ਤੇ ਨਾ ਪਵੇ। ਔਰ ਲਿਕੁਇਡਸ ਵੱਧ ਤੋਂ ਵੱਧ ਸਾਰਿਆਂ ਨੂੰ ਹੀ ਲੈਣੇ ਚਾਹੀਦੇ, ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ, ਉਹਨਾਂ ਦੀ ਡਾਇਟ ਦਾ ਵੀ, ਉਹਨਾਂ ਦੇ ਲਿਕੁਇਡਸ ਦਾ ਵੀ, ਔਰ ਉਹਨਾਂ ਦਾ ਸਿਰ ਹਮੇਸ਼ਾ ਕਵਰਡ ਹੀ ਰੱਖਣਾ ਚਾਹੀਦਾ ਇੰਨੀ ਧੁੱਪ ਦੇ ਵਿੱਚ, ਤਾਂ ਕਿ ਇਹਦਾ ਕੋਈ ਨੁਕਸਾਨ ਨਾ ਹੋ ਸਕੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਵੀ ਹਜੇ ਕੋਈ ਵੀ ਜਿਹੜੀ ਆ ਪ੍ਰੋਡਿਕਸ਼ਨ ਨਹੀਂ ਹੈਗੀ, ਕੋਈ ਮੀਂਹ ਦੀ ਕੋਈ ਬੱਦਲਬਾਈ ਦੀ ਸੰਭਾਵਨਾ ਨਹੀਂ ਹੈਗੀ, ਗਰਮੀ ਜਿਹੜੀ ਆ ਉਹਦਾ ਪ੍ਰਕੋਪ ਵੱਧ ਸਕਦਾ, ਪੰਜਾਬ ਵਿੱਚ ਵੱਡੀਆਂ ਰੈਲੀਆਂ ਹੋਣ ਦੀ ਸੰਭਾਵਨਾ ਹੈ, ਕੀ ਲੱਗਦਾ ਕਿ ਲੋਕਾਂ ਨੂੰ ਜਿਹੜਾ ਆ ਮਤਲਬ ਇਹਦਾ ਧਿਆਨ ਰੱਖਣਾ ਚਾਹੀਦਾ ਵਾ, ਥੋੜ੍ਹਾ ਬਹੁਤ ਆਪਣਾ ਜਿਹੜਾ ਪ੍ਰਕੋਸ਼ਨ ਜ਼ਰੂਰ ਲੈਣ ਲੋਕ, ਕਿਉਂਕਿ ਵੱਡੇ ਇਕੱਠ ਹੋਣਗੇ, ਵੱਡੀ ਗੈਦਰਿੰਗ ਹੋਊਗੀ ਜੇਕਰ ਧੁੱਪ ਦੇ ਵਿੱਚ ਜਾਂਦੇ ਨੇ ਜੀ। ਜੇ ਵੈਦਰ ਕੰਡੀਸ਼ਨ ਦੀ ਗੱਲ ਕਰੀਏ ਤਾਂ ਜ਼ਰੂਰ ਜਿਹੜੀਆਂ ਹੀਟ ਵੇਵ ਕੰਡੀਸ਼ਨ ਹੀ ਆਉਣ ਵਾਲੇ 4-5 ਦਿਨ ਰਹਿਣ ਦੀ ਪ੍ਰੋਡਿਕਸ਼ਨ ਹੈ, ਸੋ ਅਸੀਂ ਤਾਂ ਸਾਰਿਆਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ ਜਿਹੜਾ ਡਾਇਰੈਕਟ ਐਕਸਪੋਜਰ ਆ ਅਵੋਇਡ ਕਰੋ ਇੰਨੀ ਧੁੱਪ ਦੇ ਵਿੱਚ, ਔਰ ਖਾਣ ਪੀਣ ਦਾ ਧਿਆਨ ਰੱਖੋ ਅਤੇ ਲਿਕੁਇਡਸ ਵੱਧ ਤੋਂ ਵੱਧ ਲਓ। ਕਿਸਾਨ ਵੀਰਾਂ ਨੂੰ ਕੀ ਸਲਾਹ ਵਾ, ਕਿਉਂਕਿ ਕਿਸਾਨ ਵੀਰ ਵੀ ਹਜੇ ਤਾਂ ਚਲੋ ਬਿਜਾਈ ਜਿਹੜੀਆਂ ਨਹੀਂ ਚੱਲਦੀ ਪਈ, ਪਰ ਕਈ ਜਿਹੜੀਆਂ ਸਬਜ਼ੀਆਂ ਵਗੈਰਾ ਨੇ ਉਹਨਾਂ ਦੀ ਜਿਹੜੀ ਬਿਜਾਈ ਕਰਦੇ ਨੇ? ਬਿਲਕੁਲ ਜੀ, ਕਿਉਂਕਿ ਜਿਹੜੀਆਂ ਜਿਵੇਂ ਕਣਕ ਦੀ ਫਸਲ ਦੀ ਹਾਰਵੈਸਟਿੰਗ ਤਾਂ ਆਲਮੋਸਟ ਹੋ ਚੁੱਕੀ ਹੈ, ਖਰੀਫ ਕ੍ਰੋਪਸ ਦੀ ਹਲੇ ਬਿਜਾਈ ਜ਼ਿਆਦਾ ਸਟਾਰਟ ਨਹੀਂ ਹੋਈ ਹੈਗੀ, ਬਟ ਫਾਰਮਰਸ ਨੂੰ ਵੀ ਇਹੀ ਦੱਸ ਸਕਦੇ ਹਾਂ ਕਿ ਜਿਹੜੇ ਆਉਣ ਵਾਲੇ ਦਿਨ ਨੇ ਇਹਨਾਂ 'ਚ ਹੀਟ ਵੇਵ ਕੰਡੀਸ਼ਨਜ਼ ਹੀ ਰਹਿਣੀਆਂ ਨੇ, ਗਰਮ ਔਰ ਖੁਸ਼ਕ ਜਿਹੜਾ ਮੌਸਮ ਰਹਿਣ ਦਾ ਅਨੁਮਾਨ ਹੈ, ਸੋ ਜਿਹੜੇ ਵੀ ਉਹਨਾਂ ਦੇ ਫਾਰਮ ਓਪਰੇਸ਼ਨਸ ਨੇ ਉਹਨਾਂ ਨੂੰ ਅਕੋਰਡਿੰਗਲੀ ਪਲਾਨ ਕਰਨੇ ਚਾਹੀਦੇ ਨੇ, ਔਰ ਉਹਨਾਂ ਨੂੰ ਵੀ ਆਪਣੇ ਵਰਕਿੰਗ ਆਵਰਸ ਥੋੜ੍ਹੇ ਧਿਆਨ ਵਿੱਚ ਰੱਖ ਕੇ ਕਰਨੇ ਚਾਹੀਦੇ ਆ, ਜਿਵੇਂ ਸਵੇਰੇ ਜਦੋਂ ਠੰਡਾ ਟਾਈਮ ਹੁੰਦਾ ਉਦੋਂ ਕੰਮ ਕਰ ਲਿਆ ਜਾਵੇ, ਕਿਉਂਕਿ ਜਿਹੜੀ ਤਿੱਖੀ ਧੁੱਪ ਦੇ ਘੰਟੇ ਆ ਉਹਨਾਂ ਦੇ ਵਿੱਚ ਸਾਰਿਆਂ ਨੂੰ ਹੀ ਆਪਣਾ ਵਿਚਾਰ ਰੱਖਣਾ ਚਾਹੀਦਾ, ਤਾਂ ਕਿ ਇਹ ਕੋਈ ਨੁਕਸਾਨ ਨਾ ਕਰੇ ਸਿਹਤ ਨੂੰ। ਧੰਨਵਾਦ ਜੀ। ਬਿਲਕੁਲ, ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਵਿਗਿਆਨੀ ਵੱਲੋਂ ਵੀ ਜਿਹੜਾ ਇਸ ਗੱਲ ਨੂੰ ਲੈ ਕੇ ਸਾਫ਼ ਸਾਫ਼ ਕਿਹਾ ਗਿਆ। ਮੈਮ ਪਵਨੀਤ ਕੌਰ ਕਿੰਗਰਾ ਜੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਜਿਹੇ ਹੀ ਹਾਲਾਤ ਰਹਿ ਸਕਦੇ ਨੇ, ਲੋਕਾਂ ਨੂੰ ਆਪਣੀ ਜਿਹੜੀ ਸਿਹਤ ਆ ਉਸਦਾ ਜਿਹੜਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਕਹਿੰਦੇ ਸਿੱਧੀ ਧੁੱਪ ਤੋਂ ਜਿਹੜਾ ਬਚਾਅ ਕਰਨਾ ਚਾਹੀਦਾ, ਜੇਕਰ ਦੁਪਹਿਰ ਦੇ ਸਮੇਂ ਬਾਹਰ ਨਿਕਲਦੇ ਹੋ ਤਾਂ ਸਿਰ ਢੱਕ ਕੇ ਰੱਖਣਾ ਚਾਹੀਦਾ ਅਤੇ ਵੱਧ ਤੋਂ ਵੱਧ ਲਿਕੁਇਡ ਜਿਹੜਾ ਲੈਣਾ ਚਾਹੀਦਾ। ਉਹਨਾਂ ਨੇ ਵੀ ਦੱਸਿਆ ਕਿ ਪਿਛਲੇ 10 ਸਾਲਾਂ ਦਾ ਕਿਤੇ ਨਾ ਕਿਤੇ ਲੁਧਿਆਣਾ ਦੇ ਵਿੱਚ ਜਿਹੜਾ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਦਾ ਰਿਕਾਰਡ ਟੁੱਟਿਆ ਹੈ, ਜਿਹੜਾ ਸਭ ਤੋਂ ਵੱਧ ਜਿਹੜਾ 16 ਮਈ ਨੂੰ ਨੋਟ ਕੀਤਾ ਗਿਆ ਹੈ। ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ।